72 साल आजादी के हो गए, 72 साल जे पोलिटिकल पार्टियां ने थोनू टूल बना के वरत्या कि तुसी 72 साल वरते गए, एक बार इन्हों भी वरत के देखो, इन्हों का चेहरा भी बेनकाब करो। जेडे ढोंग रचते हैं किसान के हमदर्द होने का, मूँह में राम राम बगल में छुरी, किसान के कोलों कारपोरेट ने लैनिया सस्ते भावों के अनाज, बेचना महंगे भावों के उत्ते, प्राइस फिक्सिंग माफिया बनना। इस वेले की वड्डी खबर सिमरजीत सिंह बैंस नाल जुड़ी हुई है। शंभू मोर्चा ते पहुंचे सिमरजीत सिंह बैंस ने प्रधानमंत्री नरेंद्र मोदी ते जम के शब्दी हमला बोलिया। उन्होंने पीएम मोदी नूं असिद्ध रूप दे विच तानाशाह करार दिता। नाल ही उन्होंने पंजाब वासियों नूं अपील की कि राजनीतिक पार्टियां लोगों नूं 72 सालों तो वरत दी आ रही ने, हुण एक बार लोगों नूं भी सियासी पार्टियां नूं वरत लैना चाहीदा है। इस मौके उन्होंने किसान जथेबंदियों नूं भी अपील की कि वह भी राजनीतिक पैंतड़ा जरूर परतण। बैंस ने अगे खेती कानूनों संबंधी राजनीतिक पार्टियां ते दोहरी नीति अपनाउण दा इल्जाम लाया। केंद्र ने 7 किसानों के आगुआं की इंसल्ट नहीं की, उन्होंने जलील नहीं किया, उन्होंने पूरे देश के किसान की बेइज्जती की है। रोस हैगा काश कितें मोदी साहब देश के किसानों की अगवाई करते, इन्हां 7 मैंबरां नूं खुद अटेंड करते, खुद मीटिंग करते, अपने मंत्रियों को नाल बिठाते, तो जख्म भरे जा सकते सन, कोई रास्ता निकला कढ़िया जा सकता सी। अज अफसोस है कि पंजाब के अंदर, हरियाणे के अंदर, देश के अंदर हाहाकार का माहौल है, तो मोदी साहब अपनी डिक्टेटरशिप के वड्डे हंकार के विच देश नूं अपने बाप की जद्दी जगीर समझ के चलाना चाहते हैं, ਜਿਹੜਾ ਕਿ ਐਟਲੀਸਟ ਪੰਜਾਬ ਦੇ ਲੋਕਾਂ ਨੂੰ ਨਹੀਂ ਮਨਜ਼ੂਰ। ਜੀ ਬੈਂਸ ਸਾਹਿਬ, ਇਹਨੂੰ ਕਿਦਾਂ ਦੇਖ ਲਓ ਕਿ 117 MLA ਪੰਜਾਬ ਦੇ, ਵਿਧਾਨ ਸਭਾ ਦੇ ਵਿੱਚ 13 ਸਾਡੇ ਨੇ, ਲੋਕ ਸਭਾ ਦੇ ਵਿੱਚ 13 ਨੇ, 7 ਰਾਜ ਸਭਾ ਦੇ ਵਿੱਚ ਨੇ, ਇਹਨਾਂ ਸਾਰਿਆਂ ਦੇ ਕੋਈ ਪ੍ਰੈਸ਼ਰ ਇਸ ਤਰ੍ਹਾਂ ਬਿਲਡ ਨਹੀਂ ਹੋ ਸਕਦਾ ਕਿ ਜਾ ਕੇ ਉੱਥੇ? ਮੈਂ ਤਾਂ ਆਪਣੀ ਸਪੀਚ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ, ਜਿਹੜੀਆਂ ਸੰਘਰਸ਼ ਦੇ ਰਸਤੇ ਦੇ, ਮੈਂ ਅਪੀਲ ਕੀਤੀ ਆ ਵੀ 72 ਸਾਲ ਆਜ਼ਾਦੀ ਦੇ ਹੋ ਗਏ, 72 ਸਾਲਾਂ 'ਚ ਪੋਲੀਟੀਕਲ ਪਾਰਟੀਆਂ ਨੇ ਤੁਹਾਨੂੰ ਟੂਲ ਬਣਾ ਕੇ ਵਰਤਿਆ, ਵੋਟ ਬੈਂਕ ਤੁਹਾਡੇ ਸਿਰ ਤੋਂ ਸਰਕਾਰਾਂ ਬਣਾਈਆਂ ਉਹਦੇ ਲਏ, ਹੁਣ ਤੁਸੀਂ ਵੀ ਇੱਕ ਵਾਰੀ ਵਰਤ ਲਓ ਇਹਨਾਂ ਨੂੰ, ਤੁਸੀਂ ਵੀ ਵਰਤੋ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। 117 MLA, 13 MP ਅਤੇ ਸਾਰੇ ਰਾਜ ਸਭਾ, ਮੁੱਖ ਮੰਤਰੀ ਅਤੇ ਮੰਤਰੀ, ਇਹਨਾਂ ਨੂੰ ਕਹੋ ਆਓ ਬਈ, ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੇ ਪੰਜਾਬ ਦੇ ਲੋਕ ਤੁਹਾਨੂੰ ਨਾਲ ਲੈ ਕੇ ਦਿੱਲੀ ਚੱਲਣਗੇ। ਕੀ ਤਾਕਤ ਮੋਦੀ ਸਰਕਾਰ ਦੀ ਵੀ ਇਹ ਕਾਨੂੰਨ ਡ੍ਰੌਪ ਨਾ ਹੋਵੇ, ਰੱਦ ਨਾ ਹੋਵੇ? ਅੱਜ ਕਿਸਾਨ ਜਥੇਬੰਦੀਆਂ ਨੂੰ ਵੀ ਰਾਜਨੀਤਿਕ ਪੈਂਤੜਾ ਅਪਣਾਉਣ ਦੀ ਜ਼ਰੂਰਤ ਹੈ। ਮੇਰੀ ਅਪੀਲ ਆ ਉਹਨਾਂ ਨੂੰ, ਬੇਨਤੀ ਹੈ ਕਿ ਤੁਸੀਂ 72 ਸਾਲ ਵਰਤੇ ਗਏ, ਇੱਕ ਵਾਰ ਇਹਨਾਂ ਨੂੰ ਵੀ ਵਰਤ ਕੇ ਦੇਖੋ, ਇਹਨਾਂ ਦਾ ਚਿਹਰਾ ਵੀ ਬੇਨਕਾਬ ਕਰੋ। ਜਿਹੜੇ ਢੋਂਗ ਰਚਦੇ ਆ ਕਿਸਾਨ ਦੇ ਹਮਦਰਦ ਹੋਣ ਦਾ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਡਿਫਾਈਨ ਕਰਦੇ ਹੋ ਇਹਨਾਂ ਨੂੰ। ਪਾਤੜਾ ਮੰਡੀ ਦੇ ਵਿੱਚ ਝੋਨਾ ਜਿਹੜਾ ਬਾਹਰਲੇ ਸੂਬਿਆਂ ਦਾ ਉਹ ਆਉਣ ਨਹੀਂ ਦਿੱਤਾ ਜਾ ਰਿਹਾ, ਉੱਥੇ ਰੋਕ ਦਿੱਤਾ ਗਿਆ, ਇਹਨੂੰ ਕਿੱਦਾਂ ਦੇਖਦੇ ਹੋ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਨਾ ਪੰਜਾਬ 'ਚ? ਬੜਾ ਡਿਫਰੈਂਟ ਮਾਹੌਲ ਬਣ ਰਿਹਾ ਪੰਜਾਬ ਦੇ ਅੰਦਰ। ਹੁਣ ਪੰਜਾਬ ਦੇ ਲੋਕ ਵੱਡੀ ਗਿਣਤੀ 'ਚ ਵੀ ਮੰਗ ਕਰਨ ਲੱਗ ਗਏ ਵੀ ਚੰਗਾ ਜੀ, ਜੇ ਤੁਸੀਂ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਰਦੇ ਹੋ, ਫਿਰ ਜਿਹੜੀ ਪੋਸਟ ਹੈਗੀ ਆ, ਡੋਡੇ ਆ, ਅਫੀਮ ਆ, ਉਹ ਦੇਸ਼ ਇੱਕ ਦੇਸ਼ ਇੱਕ ਮੰਡੀ, ਉਹ ਵੀ ਆਉਣ ਦਿਓ। ਸੋ ਇਹ ਸਾਡਾ ਦੇਸ਼, ਸਾਡਾ ਦੇਸ਼ ਇੱਕ ਡਿਫਰੈਂਟ ਮਾਹੌਲ ਦੇ ਵਿੱਚ ਚੱਲ ਰਿਹਾ। ਮਤਲਬ ਮੋਦੀ ਸਾਹਿਬ ਸੈਂਟਰਲਾਈਜ਼ ਕਰ ਰਹੇ ਇੱਕ ਵੱਡੇ ਵਰਗ ਨੂੰ, ਜਿਹੜਾ ਕਿ ਦੇਸ਼ ਦੇ ਲਈ ਖਤਰਨਾਕ ਆ, ਸਾਡੇ ਫੈਡਰਲਿਜ਼ਮ ਲਈ, ਸਾਡੇ ਸੰਘੀ ਢਾਂਚੇ ਵਾਸਤੇ ਬੜਾ ਖਤਰਨਾਕ ਆ। ਮੋਦੀ ਸਾਹਿਬ ਨੂੰ ਇਹ ਯਾਦ ਰੱਖਣਾ ਚਾਹੀਦਾ, ਐਮਰਜੈਂਸੀ ਲਾਉਣ ਤੋਂ ਬਾਅਦ ਇੰਦਰਾ ਗਾਂਧੀ ਅਤੇ ਉਹਦੇ ਚੇਲੇ, ਉਹਦੀ ਕੋਟਰੀ ਜੁੰਡਲੀ ਸਮਝਦੀ ਸੀ ਕਿ ਹੁਣ ਦੇਸ਼ ਦੇ ਅੰਦਰ ਸਾਡੇ ਮੁਕਾਬਲੇ 'ਚ ਕੋਈ ਪੋਲੀਟੀਕਲ ਪਾਰਟੀ। ਦੇਸ਼ ਦੇ ਲੋਕਾਂ ਦਾ ਗੌਰਵਮਈ ਇਤਿਹਾਸ ਹੈ, ਬੀਬੀ ਇੰਦਰਾ ਅਤੇ ਉਹਦੀ ਪਾਰਟੀ ਦੀ ਬੋਰੀਆ ਬਿਸਤਰਾ ਬੰਨ ਕੇ ਛੁੱਟੀ ਕਰ ਦਿੱਤੀ ਸੀ। ਮੋਦੀ ਸਾਹਿਬ ਦਾ ਹਾਲ ਵੀ ਇਹੀ ਹੋਏਗਾ। ਦੇਖੋ, ਮੈਂ ਇੱਕ ਗੱਲ ਕਹੂੰਗਾ, ਮੈਨੂੰ ਬਹੁਤ ਸਾਰੇ ਪੱਤਰਕਾਰ ਦੋਸਤ ਖਾਲਿਸਤਾਨ ਮੁੱਦੇ ਦੇ ਉੱਤੇ ਸਵਾਲ ਕਰ ਲੈਂਦੇ ਆ, ਮੈਂ ਕਹਿੰਦਾ ਮੈਂ ਸੰਘੀ ਢਾਂਚੇ ਦਾ ਮੁੱਦਾ ਹੀ ਹਾਂ। ਸਾਡਾ ਸੰਘੀ ਢਾਂਚਾ, ਮੇਰਾ ਮੁਲਕ ਮਜ਼ਬੂਤ ਹੋਵੇ, ਜਿਹੜੀਆਂ ਸ਼ਕਤੀਆਂ ਸੰਵਿਧਾਨਕ ਕੇਂਦਰ ਦੇ ਕੋਲ ਆ ਉਹ ਕੇਂਦਰ ਵਰਤੇ, ਜਿਹੜੀਆਂ ਸ਼ਕਤੀਆਂ ਰਾਜਾਂ ਦੇ ਕੋਲ ਉਹ ਰਾਜ ਵਰਤੇ। ਹੁਣ ਰਾਜ ਦੀ ਸ਼ਕਤੀ ਕੇਂਦਰ ਵਰਤ ਗਿਆ, ਆਇਆ ਕਿ ਕੱਲ੍ਹ ਨੂੰ ਕਿਸੇ ਸੂਬੇ ਦਾ ਮੁੱਖ ਮੰਤਰੀ ਇਹ ਕਹਿ ਦੇਵੇ ਵੀ ਮੇਰੇ ਸੂਬੇ 'ਚ ਚੱਲਦੀਆਂ ਟ੍ਰੇਨਾਂ ਮੈਂ ਖੁਦ ਚਲਾਊਂਗਾ। ਪੰਜਾਬ ਸਟੇਟ ਬਾਰਡਰ ਸਟੇਟ ਹੈਗੀ ਆ, ਇਹ ਬਾਰਡਰ ਸਟੇਟ ਦੀ ਗਵਰਨਮੈਂਟ ਕਹਿ ਦੇਵੇ ਕਿ ਮੈਂ ਸਰਹੱਦਾਂ ਦੀ ਰਾਖੀ ਖੁਦ ਕਰੂੰਗਾ। ਸੋ ਸੰਵਿਧਾਨਕ ਸੰਕਟ ਖੜ੍ਹੇ ਹੋ ਗਏ। ਜੇ ਕੇਂਦਰ ਰਾਜਾਂ ਦੀਆਂ ਸ਼ਕਤੀਆਂ ਵਰਤੂਗਾ, ਕੱਲ੍ਹ ਨੂੰ ਰਾਜ ਕੇਂਦਰ ਦੀਆਂ ਸ਼ਕਤੀਆਂ, ਫਿਰ ਸਾਡਾ ਜਿਹੜਾ ਸੰਘੀ ਢਾਂਚਾ ਹੈਗਾ ਉਹ ਕਮਜ਼ੋਰ ਕੌਣ ਕਰ ਰਿਹਾ? ਅਸੀਂ ਪਹਿਲਾਂ ਹੀ ਮਾਰੇ ਹੋਏ ਹਾਂ, ਸੰਘੀ ਢਾਂਚੇ ਦੇ ਤਹਿਤ ਸਾਡਾ ਪਾਣੀ
ਜਿਹੜਾ ਸੀ ਸੰਘੀ ਢਾਂਚੇ ਨੂੰ ਦਰਕਨਾਰ ਕਰਕੇ ਲੁੱਟਿਆ ਗਿਆ। ਇਹ ਸਾਡੇ ਤੇ ਫਿਰ ਦੁਬਾਰਾ ਅਟੈਕ ਹੈਗਾ ਸੰਘੀ ਢਾਂਚੇ ਦੇ ਉੱਤੇ। ਸਾਡੀ ਸਟੇਟ ਦੀ ਪਾਵਰ ਐਗਰੀਕਲਚਰ ਜਿਹੜੀ ਸਾਡੀ ਸਾਰਾ ਗਿਆ ਉਹਨੂੰ ਕੱਟਣ ਦਾ ਯਤਨ ਹੈ। ਹੱਲ ਕੀ ਹੈ? ਸਟੇਟ ਦੀ ਪਾਵਰਾਂ ਗਵਰਨਮੈਂਟ ਸੈਂਟਰ ਗਵਰਨਮੈਂਟ ਆਪਣੇ ਹੱਥਾਂ 'ਚ ਲੈ ਰਹੀ ਹੈ, ਚਾਹੇ ਪਾਣੀ ਦੇ ਮਸਲੇ ਹੋ ਗਏ, ਸਟੇਟਾਂ ਨੂੰ ਖੇਤੀ ਦੇ ਮਸਲੇ ਹੋ ਗਏ, ਟ੍ਰੇਡ ਦੇ ਮਸਲੇ ਹੋ ਗਏ, ਸਟੇਟਾਂ ਨੂੰ ਇਕੱਠੇ ਹੋਣਾ ਪਊਗਾ। ਪਰ ਉਹਨਾਂ ਪਾਰਟੀਆਂ ਦੇ ਨਾਲ ਲੱਗ ਕੇ ਜਿਹੜੀਆਂ ਅਸਲ ਦੇ ਵਿੱਚ ਸਟੇਟ ਪਾਰਟੀਆਂ ਨੇ, ਬਾਦਲ ਕੰਪਨੀ ਵਰਗੀ ਨਹੀਂ, ਜਿਹੜੀ ਗੁੱਦੇ ਨਾਲ ਪਰਾਂਦਾ ਹੋਵੇ, ਆਪਣੇ ਟੱਬਰ ਵਾਸਤੇ ਚੰਦ ਬੁਰਕੀਆਂ ਖਾਣ ਲਈ 25 ਸਾਲ ਆਪਣੀ ਸਟੇਟ ਦੇ ਹੱਥ ਵੱਢ ਵੱਢ ਕੇ ਦਿੰਦੇ ਰਹੇ। ਅੱਜ ਜ਼ਰੂਰਤ ਆ ਸਟੇਟ ਪ੍ਰਸਤ ਲੋਕਾਂ ਨੂੰ ਇਕੱਠੇ ਹੋਣ ਦੀ ਦੇਸ਼ ਦੇ ਅੰਦਰ, ਐਂਡ ਦੇਸ਼ ਜਿਹੜੀ ਦਿਸ਼ਾ ਦੇ ਵਿੱਚ ਵੱਧ ਰਿਹਾ ਇਹ ਬੜਾ ਖਤਰਨਾਕ ਰੁਝਾਨ ਹੈ। ਇਹਨੂੰ ਠੱਲ ਪਾਉਣ ਲਈ ਅੱਜ ਪੰਜਾਬ ਦੇ ਲੋਕ ਉੱਠੇ ਆ, ਤੇ ਪੰਜਾਬੀਆਂ ਦਾ ਗੌਰਵਮਈ ਇਤਿਹਾਸ ਹੈ। ਪੰਜਾਬ 'ਚ ਉੱਠੀ ਹੋਈ ਲਹਿਰ ਕਦੇ ਅਸਫਲ ਨਹੀਂ ਹੋਈ। ਸੋਮਵਾਰ ਜਿਹੜਾ ਸੈਸ਼ਨ ਸੈਕਟਰੀ ਨੂੰ ਕਰ ਦਿੱਤਾ ਕੀ ਰਾਸ਼ਟਰਪਤੀ ਸਾਈਨ ਕਰ ਦੂਗਾ, ਕਿਉਂਕਿ ਕੇਂਦਰ ਸਰਕਾਰ ਦੇਖੋ ਮੈਂ ਦੱਸਦਾ ਤੁਹਾਨੂੰ, ਸਾਡੇ ਕੋਲੇ ਸਟੇਟ ਅਸੈਂਬਲੀ ਦੇ ਕੋਲੇ ਆਪਣੀਆਂ ਤਾਕਤਾਂ ਹੈਗੀਆਂ ਨੇ। ਅਸੀਂ ਆਪਣਾ ਕਾਨੂੰਨ ਜਿਹੜਾ ਸਾਡੇ ਜੁਰੀਡਿਕਸ਼ਨ ਦੇ ਵਿੱਚ ਆ, ਅਸੈਂਬਲੀ ਦੇ ਕੋਲੇ ਆ, ਸਟੇਟ ਕੋਲੇ ਅਸੀਂ ਬਣਾ ਸਕਦੇ ਹਾਂ। MSP ਆ, MSP ਦੇ ਉੱਤੇ ਕਾਨੂੰਨ, ਮੈਂ ਕੈਪਟਨ ਸਾਹਿਬ ਨੂੰ ਇੱਕ ਸੁਜੈਸ਼ਨ ਲੈਟਰ ਭੇਜਿਆ ਮੈਂ ਵੀ, ਤੁਸੀਂ MSP ਤੋਂ ਇੱਕ ਪੈਸਾ ਥੱਲੇ ਕੋਈ ਪ੍ਰਾਈਵੇਟ ਪਰਚੇਜ਼ਰ ਕਾਰਪੋਰੇਟ ਖਰੀਦ ਕਰੇ, ਉਹਦੇ 'ਤੇ ਗੈਰ ਜ਼ਮਾਨਤੀ ਧਰਾਵਾਂ ਤਹਿਤ ਫੜ ਕੇ ਜੇਲ੍ਹ ਠੋਕ ਦਿਓ। ਅਡਾਨੀ ਹੋਵੇ, ਅਡਾਨੀ ਦਾ ਬਾਪ ਹੋਵੇ, ਗੈਰ ਪੰਜਾਬੀ ਜਿਹੜਾ ਪੰਜਾਬ ਦਾ ਵਾਸੀ ਨਹੀਂ ਹੈਗਾ, ਉਹ ਪੰਜਾਬ ਦੇ ਅੰਦਰ ਖੇਤੀਬਾੜੀ ਜ਼ਮੀਨ ਨਾ ਖਰੀਦ ਸਕੇ। ਨੰਬਰ 3 ਕਿਸਾਨ ਦੇ ਕੋਲੋਂ ਕਾਰਪੋਰੇਟ ਨੇ ਲੈਣੀਆਂ ਸਸਤੇ ਭਾਵਾਂ 'ਤੇ ਅਨਾਜ, ਵੇਚਣਾ ਮਹਿੰਗੇ ਭਾਵਾਂ ਦੇ ਉੱਤੇ ਆ, ਪ੍ਰਾਈਜ਼ ਫਿਕਸਿੰਗ ਮਾਫੀਆ ਬਣਨਾ। ਇਹ ਕਾਨੂੰਨ ਅਸੈਂਬਲੀ ਪਾਵਰ ਆ, ਸਟੇਟ ਪਾਵਰ ਆ। ਮੈਨੂੰ ਨਹੀਂ ਲੱਗਦਾ 19 ਤਰੀਕ ਸਿਰਫ ਗੋਂਗਲਾਂ ਤੋਂ ਮਿੱਟੀ ਝਾੜਨ ਵਾਸਤੇ ਕੈਪਟਨ ਸਾਹਿਬ ਨੇ ਸੱਦਿਆ। ਮੈਨੂੰ ਨਹੀਂ ਲੱਗਦਾ ਕੋਈ ਹੈਲਦੀ ਡਿਬੇਟ ਹੋ ਕੇ ਨਵੇਂ ਕਾਨੂੰਨ ਕੈਪਟਨ ਸਾਹਿਬ ਬਣਾਉਣਗੇ। ਤੁਸੀਂ ਹੈਰਾਨ ਤਾਂ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ, ਖੇਤੀ ਕਰ ਰਿਹਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।